ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਗੁੱਜਾਪੀਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬੇਅੰਤ ਰੂਪ ਵੀਰ ਕੋਲ ਆਪਾਂ ਆਏ ਹਾਂ ਅਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਦੇ ਕੋਲ ਤੁਹਾਨੂੰ ਵੀਡੀਓ ਦਿਖਾਉਣੀ ਹੈ ਜੀ। ਜਦੋਂ ਵੀ ਆਈਦਾ ਵਾ ਚੰਗੇ ਪਸ਼ੂ ਹੁੰਦੇ ਵੀਰ ਜੀ, ਉਹਨਾਂ ਨੇ ਘਰੇ ਵੀ ਜਿਹੜੀਆਂ ਰੱਖੀਆਂ ਵਾ ਚੰਗੇ ਪਸ਼ੂ ਰੱਖੇ ਆ, ਅਤੇ ਵੱਛੀਆਂ ਵੱਛੀਆਂ ਪਾਲਣ ਦੇ ਵੀਰ ਜੀ ਉਹਨੇ ਕਾਫੀ ਸ਼ੌਕੀਨ ਆ, ਵੱਖਰੀ ਵੱਖਰੀ ਵਰਾਇਟੀ ਦੀਆਂ ਵੱਛੀਆਂ ਜਿਹੜੀਆਂ ਵੀਰ ਜੀ ਉਹਨੇ ਤਿਆਰ ਕਰਦੇ ਆ, ਦੇਖ ਸਕਦੇ ਇਹ ਸ਼ੌਂਕ ਨੇ ਘਰੇ ਰੱਖੀਆਂ ਹੁੰਦੀਆਂ, ਅਤੇ ਵੇਚਣ ਵਾਲੀਆਂ ਗਾਵਾਂ ਸਿਰਫ ਦੋ ਹੀ ਆ, ਅਤੇ ਗੱਲਬਾਤ ਹੁਣ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਆਪਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਵੀਰ ਜੀ ਨਾਮ ਦੱਸ ਦਿਓ ਘਰੇ। ਠੀਕ ਹੈ ਜੀ, ਮਾਤਾ ਜੀ ਉਹਨਾਂ ਵੱਲੋਂ ਕਾਫੀ ਮਾੜੀ ਗੱਲ ਹੋਈ ਹੈ ਨਾ। ਠੀਕ ਆ, ਅਤੇ ਉਤਰਾ ਇਹ ਕਿ ਇੱਕ ਤਾਂ ਹੁੰਦਾ ਨਾ ਕਿ ਬੰਦਾ ਬਿਮਾਰ ਸੀ ਜਾਂ ਢਿੱਲਾ ਸੀ, ਕਿ ਉਤਰਾ ਚੰਗੇ ਭਲੇ ਸੀ? ਬਿਲਕੁਲ ਨੋਰਮਲ ਹੀ ਹਨ। ਅੱਛਾ, ਸਰੀਰ ਕਮਜ਼ੋਰ ਹੁੰਦਾ ਗਿਆ। ਠੀਕ ਠੀਕ ਆ, ਉਮਰ ਵੀ ਕਾਫੀ ਹੋ ਗਈ ਸੀ ਨਾ, 90 ਸਾਲ ਦੇ ਲਾਗੇ ਬੰਨੇ ਹੋ ਗਏ। ਚਲੋ, ਅਤੇ ਚਲੋ ਨਾਮ ਇੱਕ ਵਾਰੀ ਫਿਰ ਦੱਸ ਦਿਓ ਆਪਣਾ। ਨਾਮ ਬੇਅੰਤ ਰੂਪ ਸਿੰਘ, ਹਾਂਜੀ, ਗੁੱਜਾਪੀਰ, ਤਹਿਸੀਲ ਅਜਨਾਲਾ, ਜ਼ਿਲ੍ਹਾ ਮਟੂਰਾ। ਅਤੇ ਫੋਨ ਨੰਬਰ ਇੱਕ ਵਾਰੀ ਫਿਰ ਤੋਂ ਬੋਲ ਦਿਓ। 98551 10 7 55। ਅਤੇ ਅੱਜ ਦੋ ਹੀ ਆ ਫਿਰ? ਹਾਂਜੀ, ਅੱਜ ਦੋ। ਠੀਕ ਆ, ਪਹਿਲਾਂ ਤਾਜ਼ੀ ਸਬਜ਼ੀ ਦਿਖਾ ਦਈਏ। ਹਾਂ, ਦੇਖ ਸਕਦੇ ਥਾਣਾ ਇਹਦੇ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ, ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ, ਅਤੇ ਹੈਗੀਆਂ ਦੋਵੇਂ ਜਿਹੜੀਆਂ ਕਰੋਸ 'ਚ ਆ, ਜਰਸੀ ਕਰੋਸ 'ਚ ਆ, ਗਰਮੀ ਝੱਲਣ ਵਾਲੀਆਂ ਵਾ। ਕਿੰਨੇ ਦਿਨ ਹੋਏ ਵੀਰ ਜੀ ਨੂੰ ਸੂਈ ਨੂੰ? ਅੱਛਾ, ਪਰਸੋਂ ਸੂਈ ਆ। ਚੌਦਾਂ ਲੀਟਰ ਬੋਲਾ ਹੀ ਆ। ਠੀਕ ਆ, ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਵੀਰ ਜੀ ਚਲੋ ਗਰਮੀ ਆ, 20-20 ਤੇ ਆਰਾਮ ਨਾਲ ਚਵਾਈ ਜਾਣਾ। ਤੋਰੋ ਹਾਂ ਫਿਰ ਇੱਕ ਵਾਰੀ ਨੂੰ। ਬਾਕੀ ਇਹ ਆ ਕਿ ਭਾਰੇ ਪੱਲੇ ਦੀਆਂ ਗਾਵਾਂ ਵਾ ਦੋਵੇਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ, ਲੈ ਜਾਵੇ ਜੀ। ਠੀਕ ਆ, ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ, ਬੇਲ ਵੀ ਕਾਫੀ ਲੰਮੀ ਆ ਜਿਹੜੀ, 18-20 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ, ਮੌਕੇ 'ਤੇ ਜਿਹੜਾ ਕਹਿੰਦੇ ਕਿ 14 ਲੀਟਰ ਤਿਆਰ ਆ ਜਿਹੜਾ। ਚੰਗੇ ਪਸ਼ੂ ਹੁੰਦੇ ਵੀਰ ਜੀ ਹੁਣ ਅਗਰ ਜਦੋਂ ਵੀ ਆਈਦਾ, ਅਤੇ ਬੱਚਾ ਬਿਲਕੁਲ ਤਾਜ਼ੇ ਨਾੜੂ 'ਤੇ ਆ। ਅਤੇ ਕਿੰਨਾ ਵੀਰ ਜੀ ਫਿਰ ਇਹਦਾ ਮੁੱਲ? ਮੁੱਲ ਵੀਰ ਜੀ ਅੱਛਾ 60 'ਚੋਂ ਮਾਨਤਾਨ ਕਰ ਦੋਗੇ? ਚਲੋ, ਬਾਕੀ ਕੋਈ ਫੋਨ ਲਾਵੇ ਹੈ ਨਾ ਮਾਨਤਾਨ ਮੌਕੇ 'ਤੇ। ਅੱਛਾ, 58,000 ਦੀ ਦੇ ਦੋਗੇ? ਠੀਕ ਆ, ਅਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ 'ਤੇ। ਅੱਛਾ, 14 ਤਰੀਕ ਦੀ ਰਿਕਾਰਡ ਹੋਈ ਹੈ। ਤਿਆਰ ਆ, ਤੁਸੀਂ ਦੱਸਣ ਦੇ ਵੀ ਇਹਦਾ ਬੱਚਾ ਜਿਹੜਾ ਮਰ ਗਿਆ ਵਾ, ਕਿਉਂਕਿ ਉੱਧਰ ਤੁਸੀਂ ਕਹਿੰਦੇ ਪ੍ਰਾਹੁਣੇ ਪ੍ਰਾਹੁਣੇ ਆਏ ਫਿਰ, ਅਤੇ ਗਰਮੀ ਵੀ ਫਿਰ ਕਾਫੀ, ਫਿਰ ਜਦੋਂ ਇਹੋ ਜਿਹਾ ਮਾਹੌਲ ਕੋਈ ਘਰ 'ਚ ਹੋ ਜਾਵੇ ਫਿਰ ਨਹੀਂ ਧਿਆਨ ਦਿੱਤਾ ਜਾਂਦਾ ਪਸ਼ੂਆਂ ਵਾਲੀ ਦਾ।
ਤੇ ਹੁਣ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਜੀ? ਦੁੱਧ ਤੇ ਵੀਓ ਬਾਹਰ ਜਾਏਗੀ ਜੀ। ਅੱਛਾ, 23-24 ਦਾ ਦੱਸਿਆ ਜਦੋਂ ਰਿਕਾਰਡ ਇਹਦਾ। ਅੱਛਾ, ਇਸ ਟਾਈਮ ਵਿੱਚ 17-18 ਤੇ ਆ ਰਿਹਾ। ਤੋਰੋ ਹਾਂ ਫਿਰ ਇੱਕ ਵਾਰੀ। ਘਰੇ ਹੀ ਵੀਰ ਜੀ ਨਾਲ ਕਹਿੰਦੇ ਕਿ ਸਾਡੇ ਸੂਈ ਆ, ਕਹਿੰਦੇ ਕਿ ਕੈਮਰੇ 'ਚ ਰਿਕਾਰਡਿੰਗ ਸਾਰੀ ਹੋਈ ਆ ਤਰੀਕ ਦੇ ਸਮੇਤ, ਕੋਈ ਕਿਸੇ ਨੇ ਉੱਧਰ ਵੀ ਵੇਖਣਾ ਹੋਵੇ ਤਾਂ ਵੇਖ ਸਕਦੇ ਆ। ਬਾਕੀ ਗਰਮੀ ਵੀ ਕਾਫੀ ਆ, ਉਹਦੇ ਕਰਕੇ ਕਈ ਵਾਰੀ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਹ ਵੀ ਠੰਡੀ ਧੇਰੀ ਥਾਂ, ਇਹਦੇ ਕੋਲ ਵੀ ਕਾਫੀ ਚੰਗਾ ਲੱਗਾ। ਹਾਂ ਦੇਖ ਸਕਦੇ ਜੀ, ਮਿਲਕ ਮੇਨ ਵੀ ਕਾਫੀ ਮੋਟੀ ਲੱਗੀ ਆ, ਤੇ ਕੱਦ ਕਾਠ ਇਹਦਾ ਵੀ ਚੰਗਾ ਵਾ ਹੈਗੀ। ਇਹ ਵੀ ਜਰਸੀ ਕਰੋਸ 'ਚ ਹੀ ਆ। ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ? ਮੁੱਲ ਵੀ ਜੀ ਜੇ ਬੱਚਾ ਹੁੰਦਾ ਫਿਰ ਤੇ ਰੱਖ ਸਕੋ ਕਰਨਾ। ਹਾਂਜੀ, ਹੁਣ 65,000 ਮੁੱਲ ਆ ਤੇ 3,000 ਦੀ ਛੋੜ ਕਰਨਾ, 62,000 ਦੀ ਦੇ ਦੋਗੇ? ਚਲੋ ਬਾਕੀ ਮੌਕੇ ਤੇ ਹੋਰ ਮਨ ਤਨ ਕਰ ਦੋਗੇ, ਕੋਈ ਫੋਨ ਲਾਵੇ ਇੱਕ ਵਾਰੀ, ਹਨਾ? ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬਾਕੀ ਇਹ ਆ ਕਿ ਦੋਵੇਂ ਸੂਈਆਂ ਸਵਾਈਆਂ ਵਾ, ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਸਮਝਣਾ ਵੇਚ ਚਾਖ ਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।